ਖਬਰ ਇਹ ਚੰਗੀ ਲੱਗੇ। ਮੇਰੇ ਜੁੰਡੇ ਪੱਟੇ, ਮੇਰੇ ਕੱਪੜੇ ਵੀ ਲਾਈ, ਮੇਰੀ ਲੋਅਰ ਲਾਈ ਆ, ਮੇਰੇ ਮਿਰਚਾਂ ਪਾਉਂਦੀਆਂ ਸੀ, ਮੈਨੂੰ ਅੱਧੀ ਨੰਗੀ ਕੀਤਾ ਉਹਨਾਂ ਨੇ। ਜੇ ਮੈਂ ਪਾਣੀ ਮੰਗਿਆ ਮੈਨੂੰ ਮੂੰਹ ਤੋਂ ਪਿਆਉਂਦੀਆਂ ਸੀ, ਗਲਾਸ 'ਚ ਪਾਇਆ ਸੋਵੇਂ ਮੂੰਹ ਤੋਂ ਉਹਨਾਂ ਨੇ। ਚਦਤ ਕਰਤਾ ਇਹਦੇ 'ਚ ਦੋ ਜਣੇ ਨੂੰ ਅਰੈਸਟ ਕਰ ਲਿਆ, ਕਰਨਜੀਤ ਕੌਰ ਅਤੇ ਉਹਦੇ ਲੜਕੇ, ਅਤੇ ਜਿਹੜੀ ਅਗਲੀ ਕਾਰਵਾਈ ਚੱਲ ਰਹੀ। ਫਰੀਦਕੋਟ ਦੇ ਵਿੱਚ ਔਰਤਾਂ ਨੇ ਹੀ ਔਰਤ ਦੀ ਕੀਤੀ ਕੁੱਟਮਾਰ, ਅਰਧ ਨੰਗਨ ਹਾਲਤ ਵਿੱਚ ਕਰਕੇ ਉਸ ਦੀ ਬਣਾਈ ਵੀਡੀਓ ਅਤੇ ਫਿਰ ਉਸ ਨੂੰ ਸੋਸ਼ਲ ਮੀਡੀਆ 'ਤੇ ਦਿੱਤਾ ਝਾੜ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਕੀਤੀ ਕਾਰਵਾਈ, ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੀਤਾ ਕੇਸ ਦਰਜ, ਮਾਂ ਪੁੱਤ ਕੀਤੇ ਗ੍ਰਿਫਤਾਰ ਅਤੇ ਬਾਕੀ ਔਰਤਾਂ ਦੀ ਕੀਤੀ ਜਾ ਰਹੀ ਆ ਭਾਲ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਦੇ ਵਿੱਚ ਇੱਕ ਔਰਤ ਨੂੰ ਉਸਦੇ ਮੁਹੱਲੇ ਦੀਆਂ ਹੀ ਕੁਝ ਔਰਤਾਂ ਨੇ ਫੜ ਕੇ ਇੰਨੀ ਮਾਰਕੁੱਟ ਕੀਤੀ ਕਿ ਉਸਦੇ ਕੱਪੜੇ ਪਾੜ ਦਿੱਤੇ ਅਤੇ ਉਸਨੂੰ ਅਰਧ ਨੰਗਨ ਹਾਲਤ ਦੇ ਵਿੱਚ ਕਰ ਦਿੱਤਾ ਅਤੇ ਫਿਰ ਉਸਦੀ ਵੀਡੀਓ ਬਣਾਈ ਅਤੇ ਉਸਨੂੰ ਵਾਇਰਲ ਕਰ ਦਿੱਤਾ। ਫਰੀਦਕੋਟ ਦੀ ਬਾਜੀਗਰ ਬਸਤੀ ਨਾਲ ਸੰਬੰਧਿਤ ਇੱਕ ਔਰਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਸਕੂਲ ਤੋਂ ਜਦੋਂ ਆਪਣੇ ਬੱਚੇ ਨੂੰ ਲੈ ਕੇ ਆ ਰਹੀ ਸੀ ਤਾਂ ਮੁਹੱਲੇ ਦੇ ਵਿੱਚ ਪਹਿਲਾਂ ਤੋਂ ਹੀ ਤਾਕ ਲਾਈ ਖੜੀਆਂ ਕੁਝ ਔਰਤਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਖਿੱਚ ਕੇ ਆਪਣੇ ਘਰ ਲੈ ਗਈਆਂ, ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਪਿਸ਼ਾਬ ਤੱਕ ਪਿਆਉਣ ਦੀ ਕੋਸ਼ਿਸ਼ ਕੀਤੀ। ਉਹਨੇ ਦੱਸਿਆ ਕਿ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਅਰਧ ਨੰਗਨ ਹਾਲਤ ਦੇ ਵਿੱਚ ਕਰ ਦਿੱਤਾ ਅਤੇ ਫਿਰ ਉਸ ਦੀ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਵਾਇਰਲ ਕਰ ਦਿੱਤੀ। ਇਸ ਸੰਬੰਧੀ ਜਾਣਕਾਰੀ ਲੈਣ ਲਈ ਜਦੋਂ ਫਰੀਦਕੋਟ ਦੇ DSP ਸਰਦਾਰ ਤਰਲੋਚਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਮਾਮਲੇ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਨੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੋਇਆ ਹੈ ਅਤੇ ਮਾਂ ਪੁੱਤ ਜਿਹੜੇ ਇਸ ਮਾਮਲੇ ਦੇ ਵਿੱਚ ਇਸ ਔਰਤ ਨੂੰ ਕੁੱਟਣ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਔਰਤਾਂ ਉਹਨਾਂ ਦੀ ਭਾਲ ਜਾਰੀ ਹੈ ਅਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਇਹ ਜਿਹੜੀ ਔਰਤ ਦੀ ਕੁੱਟਮਾਰ ਕੀਤੀ ਗਈ ਉਹਨਾਂ ਨੂੰ ਸ਼ੱਕ ਸੀ ਕਿ ਉਸਦਾ ਘਰ ਵਾਲਾ ਇਸ ਔਰਤ ਦੇ ਨਾਲ ਗੱਲਬਾਤ ਕਰਦਾ ਹੈ ਅਤੇ ਇਸ ਰੰਜਿਸ਼ ਦੇ ਕਾਰਨ ਹੀ ਇਸ ਦੀ ਕੁੱਟਮਾਰ ਕੀਤੀ ਗਈ ਹੈ। ਹਾਂਜੀ, ਮੈਂ ਨਾ ਬੱਚੇ ਨੂੰ ਲੈ ਕੇ ਆਈ ਜਾਂਦੀ ਸੀ ਸਕੂਲੋਂ, ਤੇ ਉੱਥੇ ਮੈਨੂੰ ਗਲੀ 'ਚ ਚਾਰ ਜਣੀਆਂ ਖਿੱਚ ਕੇ ਲੈ ਕੇ ਗਈਆਂ ਹੈਗੀਆਂ, ਕੁੱਟਮਾਰ ਬਹੁਤ ਕੀਤੀ, ਮੇਰੀ ਬਾਂਹ ਟੁੱਟੀ ਹੋਈ ਹੈਗੀ, ਤੇ ਮੁੜ ਕੇ ਚਾਰਾਂ ਜਣੀਆਂ ਨੇ ਲਿਜਾ ਕੇ ਮੈਂ ਉੱਥੇ ਪਾਣੀ ਮੰਗਿਆ, ਮੇਰੇ ਜੁੰਡੇ ਪੱਟੇ, ਮੇਰੀ ਬਾਂਹ ਟੁੱਟੀ ਹੋਈ ਆ, ਤੇ ਉਹਨਾਂ ਨੇ ਬਹੁਤ ਮੰਦਾ ਹਾਲ ਕੀਤਾ ਮੇਰਾ, ਤੇ ਮੇਰੇ ਜੁੰਡੇ ਪੱਟੇ, ਮੇਰੇ ਕੱਪੜੇ ਵੀ ਲਾਈ, ਮੇਰੀ ਲੋਅਰ ਲਾਈ ਆ, ਮੇਰੇ ਮਿਰਚਾਂ ਪਾਉਂਦੀਆਂ ਸੀ, ਮੈਨੂੰ ਅੱਧੀ ਨੰਗੀ ਕੀਤਾ ਉਹਨਾਂ ਨੇ। ਜੇ ਮੈਂ ਪਾਣੀ ਮੰਗਿਆ ਮੈਨੂੰ ਮੂੰਹ ਤੋਂ ਪਿਆਉਂਦੀਆਂ ਸੀ, ਗਲਾਸ 'ਚ ਪਾਇਆ ਸੋਵੇਂ ਮੂੰਹ ਤੋਂ ਉਹਨਾਂ ਨੇ। ਹਾਂਜੀ, ਵਜ੍ਹਾ ਰੰਜਿਸ਼ ਕੀ ਸੀ, ਕਿਉਂ ਕੀਤਾ ਹੈ? ਵਜ੍ਹਾ ਕਹਿੰਦੀ ਆ, ਮੈਨੂੰ ਕਹਿੰਦੀ ਅਸੀਂ ਰੋਟੀ ਪਕਾਉਣ ਤੇ ਜਾਂਦੀ ਆ, ਅਸੀਂ ਦਿਹਾੜੀ ਕਰਦੇ ਆ, ਮੈਨੂੰ ਕਹਿੰਦੀ ਤੂੰ ਮੇਰੇ ਬੰਦੇ ਨਾਲ ਗੱਲਬਾਤ ਕਰਦੀ, ਅਸੀਂ ਵੀ ਗੱਲਬਾਤ ਨਹੀਂ ਕਰਦੇ, ਤੇ ਅਸੀਂ ਰੋਟੀ ਪਕਾਉਣ ਦਿਹਾੜੀ ਕਰਦੇ ਜਾਂਦੇ, ਹਲਵਾ ਉਹ ਹਲਵਾਈ ਆ, ਅਸੀਂ ਦਿਹਾੜੀ ਕਰਦੇ ਰੋਟੀ ਬਣਾਉਂਦੇ। ਵੀਡੀਓ ਕਿਤੇ ਵਾਇਰਲ ਵੀ ਕੀਤੀ ਹੈ? ਵੀਡੀਓ ਉਹਨਾਂ ਨੇ ਇੰਸਟਾ ਤੇ ਪਾਈ ਹੋਈ ਹੈ। ਕੁੱਟਮਾਰ ਕਰਦੇ ਹਨ? ਹਾਂਜੀ, ਬਹੁਤ ਮੰਦਾ ਹਾਲ ਕੀਤਾ, ਮੇਰੇ ਸਿਰ 'ਚ ਰੋੜੇ ਪਾਏ ਪਏ ਹੈਗੇ, ਵਾਲ ਪਟ ਪਟ ਕੇ। ਇੱਕ ਕੱਲ੍ਹ ਸਾਈਬਰ ਕ੍ਰਾਈਮ ਸਾਡੇ SHO ਵੱਲੋਂ ਇੱਕ FIR ਦਰਜ ਹੋਈ ਹੈ, 127/2, 115/BNS ਅਤੇ IT Act ਵਿੱਚ ਦਰਜ ਕੀਤੀ ਹੈ। ਇਹਦੇ 'ਚ ਇੱਕ ਦਰਖਾਸਤ ਕੋਈ ਕੋਮਲਪਾਲ ਕੌਰ 81 ਬਾਜੀਗਰ ਬਸਤੀ ਦੀ, ਇਹਨੇ ਇੱਕ ਦਿਖਾ ਦਿੱਤੀ ਵੀ ਇਹ ਕੱਲ੍ਹ ਆਪਦੇ ਬੱਚੇ ਨੂੰ ਸਕੂਲੋਂ ਲੈ ਕੇ ਆ ਰਹੀ ਸੀ ਅਤੇ ਜਦੋਂ ਉਹ ਆਪਦੇ ਘਰ ਦੇ ਨੇੜੇ ਪਹੁੰਚੀ ਅਤੇ ਇਹਨੂੰ ਇੱਕ ਕਰਮਜੀਤ ਕੌਰ ਅਤੇ ਉਹਦਾ ਲੜਕਾ ਜੋਤੀ ਸਿੰਘ ਅਤੇ ਹੋਰ 3-4 ਜਣੇ ਰਲ ਕੇ ਉਹਨੂੰ ਇੱਕ ਘਰ 'ਚ ਖਿੱਚ ਕੇ ਲੈ ਜਾਂਦੇ ਨੇ ਅਤੇ ਉੱਥੇ ਉਹਨੂੰ ਖਿੱਚ ਤੋਂ ਮਾਰਕੁੱਟ ਹੁੰਦੀ ਅਤੇ ਉਹਦੇ ਕੱਪੜੇ ਕੁੱਪੜੇ ਪਾੜ ਕੇ ਉਹਦੀ ਇੱਕ ਵੀਡੀਓ ਬਣਾਈ ਜਾਂਦੀ ਹੈ ਅਤੇ ਜਿਹੜੀ ਉਸ ਤੋਂ ਬਾਅਦ ਇਹਨਾਂ ਨੇ ਹੁਣ ਨੈੱਟ 'ਤੇ ਪਾ ਦਿੱਤੀ ਅਤੇ ਜਦੋਂ ਇਹ ਸਾਡੇ ਤੱਕ ਆਈ ਅਤੇ ਫਿਰ ਅਸੀਂ ਜਿਹੜੀ ਬੰਦਿਸ਼ ਕਾਰਵਾਈ ਅਤੇ ਉਹ ਸਾਡੇ ਸਾਈਬਰ
ਕ੍ਰਾਈਮ ਸੈੱਲ ਵੱਲੋਂ ਪਰਚਾ ਦਰਜ ਕਰਤਾ। ਇਹਦੇ 'ਚ ਦੋ ਜਣੇ ਨੂੰ ਅਰੈਸਟ ਕਰ ਲਿਆ, ਕਰਨਜੀਤ ਕੌਰ ਅਤੇ ਉਹਦੇ ਲੜਕੇ, ਅਤੇ ਜਿਹੜੀ ਅਗਲੀ ਕਾਰਵਾਈ ਚੱਲ ਰਹੀ। ਮੇਰੇ ਜੁੰਡੇ ਪੱਟੇ, ਮੇਰੇ ਕੱਪੜੇ ਵੀ ਲਾਏ।